ਮਹੀਨੋ ਨਵੇਂ ਸਾਲ ਤੇ ਤੁਸੀਂ ਬਹੁਤ ਸਾਰੇ ਸੁਪਨੇ ਸਜਾਏ ਹੋਣੇ। ਕਿਸੇ ਨੇ ਸੋਚਿਆ ਹੋਣਾ ਮੈਂ ਸੋਹਣਾ ਜਿਹਾ ਘਰ ਲੈਣਾ ਤੇ ਕਿਸੇ ਨੇ ਸੋਚਿਆ ਹੋਣਾ ਮੈਂ ਜ਼ਿੰਦਗੀ ਦਾ ਹੁਣ ਗੇਅਰ ਬਦਲ ਕੇ ਇੱਕ ਸੋਹਣੀ ਜਿਹੀ ਗੱਡੀ ਲੈ ਲੈਣੀ ਆ। ਸੋ ਇਸ ਮਾਘੀ ਮੇਲੇ ਤੇ ਮੇਰੀ ਇਹੀ ਇੱਕ ਜਿਹੀ ਕੋਸ਼ਿਸ਼ ਹੈ ਕਿ ਤੁਹਾਨੂੰ ਕੁਛ ਤੁਹਾਡੇ ਲੋੜੀਂਦਾ ਇੰਟਰੋਡਿਊਸ ਕਰਵਾਇਆ ਜਾਵੇ। ਇਸ ਚੀਜ਼ ਨੂੰ ਲੈ ਕੇ ਜੀ ਮੈਂ ਪਹੁੰਚ ਗਈ ਹਾਂ ਨੀਅਰ ਰਾਹਤ ਹੋਟਲ ਕੋਟਪੁਰਾ ਰੋਡ ਮੁਕਤਸਰ ਦੇ ਮਹਿੰਦਰਾ ਫਸਟ ਚੁਆਇਸ ਦੇ ਵਿੱਚ। ਜੀ ਹਾਂ, ਸ਼ਾਨੇ ਪੰਜਾਬ ਇੰਟਰਪ੍ਰਾਈਜ਼ ਆਥੋਰਾਈਜ਼ ਡੀਲਰ ਦੇ ਕੋਲ ਜੋ ਕਿ ਓਲਡ ਕਾਰ ਦੀ ਸੇਲ ਅਤੇ ਪਰਚੇਸਿੰਗ ਕਰਦੇ ਨੇ। ਆਓ ਦੇਖਦੇ ਹਾਂ ਜੀ ਇਹਨਾਂ ਦੀਆਂ ਕਾਰਸ ਅਤੇ ਇਹਨਾਂ ਦੇ ਬੈਨੀਫਿਟ, ਇੱਥੋਂ ਦੀ ਗੱਡੀ ਕਿਉਂ ਪਰਚੇਸ ਕਰਨੀ ਚਾਹੀਦੀ ਹੈ। ਤੁਸੀਂ ਸੋਚਦੇ ਹੋ ਕਿ ਸਾਨੂੰ ਓਲਡ ਕਾਰ ਲੈਣ ਦੀ ਕੀ ਜ਼ਰੂਰਤ ਪਈ ਹੈ, ਅਸੀਂ ਨਵੀਂ ਕਾਰ ਕਿਉਂ ਨਾ ਲਈਏ। ਬਟ ਮੈਂ ਤੁਹਾਨੂੰ ਦੱਸਦਾ, ਓਲਡ ਕਾਰ ਲੈਣ ਦੇ ਬਹੁਤ ਸਾਰੇ ਬੈਨੀਫਿਟ ਹੈ ਜੋ ਕਿ ਮਹਿੰਦਰਾ ਫਸਟ ਚੁਆਇਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ। ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ, ਜਿਹੜੀਆਂ ਤੁਸੀਂ ਗੱਡੀਆਂ ਇੱਥੇ ਦੇਖਦੇ ਹੋ ਸਾਰੀਆਂ ਸਰਟੀਫਾਈਡ ਗੱਡੀਆਂ ਨੇ ਅਤੇ ਇਹਨਾਂ ਗੱਡੀਆਂ ਦੇ ਨਾਲ ਤੁਹਾਨੂੰ 6 ਮਹੀਨੇ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ, ਜਿਹਨਾਂ ਨੂੰ ਤੁਸੀਂ ਈਜ਼ੀ ਫਾਇਨਾਂਸ 'ਤੇ ਯਾਨੀ ਕਿ ਆਪਣੀ ਘਰ ਲੈ ਕੇ ਜਾ ਸਕਦੇ ਹੋ। ਹੋਰ ਤਾਂ ਹੋਰ, ਅੱਧੇ ਰੇਟ ਦੇ ਵਿੱਚ ਤੁਹਾਨੂੰ ਜੇਕਰ ਨਵੀਂ ਵਰਗੀ ਗੱਡੀ ਮਿਲਦੀ ਹੋਵੇ ਫਿਰ ਤੁਸੀਂ ਨਵੀਂ ਗੱਡੀ ਕਿਉਂ ਪਰਚੇਸ ਕਰਨਾ ਚਾਹੋਗੇ। ਹੋਰ ਤਾਂ ਹੋਰ, ਤੁਸੀਂ ਈਜ਼ੀ ਡਾਕੂਮੈਂਟੇਸ਼ਨ 'ਤੇ ਗੱਡੀਆਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਜ਼ਿਆਦਾ ਲਈ ਫੈਮਿਲੀ ਮੈਂਬਰ ਦੀ ਕੀ ਚੁਆਇਸ ਹੁੰਦੀ ਹੈ, ਕੋਈ ਚਾਹੁੰਦਾ ਕਿ ਘਰ ਦੇ ਵਿੱਚ ਹੁੰਡਾਈ ਦੀ ਗੱਡੀ ਹੋਵੇ, ਕੋਈ ਚਾਹੁੰਦਾ ਕਿ ਮੈਨੂੰ ਸੁਜ਼ੂਕੀ ਪਸੰਦ ਹੈ, ਕੋਈ ਟੋਯੋਟਾ ਪਸੰਦ ਕਰਦਾ ਅਤੇ ਕੋਈ BMW ਅਤੇ ਮਰਸੀਡੀਜ਼ ਪਸੰਦ ਕਰਦਾ। ਬਟ ਹੇਅਰ ਤੁਹਾਨੂੰ ਇੱਕੋ ਰੂਫ ਅੰਡਰ ਆਲਟੋ ਤੋਂ ਲੈ ਕੇ BMW ਤੱਕ ਹਰੇਕ ਤਰ੍ਹਾਂ ਦੀ ਗੱਡੀ ਇੰਟਰੋਡਿਊਸ ਕਰਵਾਈ ਗਈ ਹੈ। ਜਿਸ ਤਰ੍ਹਾਂ ਦੀ ਪਸੰਦ ਹੈ ਤੁਸੀਂ ਉਸ ਤਰ੍ਹਾਂ ਦੀ ਗੱਡੀ ਦੇਖ ਸਕਦੇ ਹੋ ਅਤੇ ਜਿਹੜੀ ਪਸੰਦ ਆਉਂਦੀ ਹੈ ਉਹ ਤੁਸੀਂ ਈਜ਼ੀ ਡਾਕੂਮੈਂਟੇਸ਼ਨ ਕਰਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸ਼ਾਨੇ ਪੰਜਾਬ ਇੰਟਰਪ੍ਰਾਈਜ਼ ਆਥੋਰਾਈਜ਼ ਡੀਲਰ ਜੀ ਸਤੀਸ਼ ਜੀ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤੀਸ਼ ਜੀ, ਸਭ ਤੋਂ ਪਹਿਲਾਂ ਇਹ ਕਿ ਮਹਿੰਦਰਾ ਫਸਟ ਚੁਆਇਸ ਬਾਰੇ ਜਿਹੜੀ ਮੇਕੋ ਨੌਲੇਜ ਸੀ ਮੈਂ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਦਿੱਤੀ, ਬਸ ਉਸ ਤੋਂ ਹਟ ਕੇ ਤੁਸੀਂ ਕੀ ਦੇ ਰਹੇ ਹੋ? ਮਹਿੰਦਰਾ ਫਸਟ ਚੁਆਇਸ ਦੇ ਵਿੱਚ ਅਸੀਂ ਯੂਜ਼ਡ ਕਾਰ ਫੁੱਲ ਵਾਰੰਟੀ, ਫਾਈਨਾਂਸ ਦੀ ਫੈਸਿਲਿਟੀ, ਹਰ ਤਰ੍ਹਾਂ ਦੀ ਫੈਸਿਲਿਟੀ ਦੇ ਨਾਲ ਗੱਡੀ ਸੇਲ ਕਰ ਰਹੇ ਹਾਂ। ਇਹਦੇ ਵਿੱਚ ਇੱਕ ਅਸੀਂ GPRS ਸਿਸਟਮ ਦੇ ਰਹੇ ਹਾਂ ਜੋ ਕਿ ਆਪਣੀ ਗੱਡੀ ਦੇ ਨਾਲ ਅਟੈਚ ਹੋ ਜਾਂਦਾ ਹੈ। ਇਸ ਦਾ ਬੈਨੀਫਿਟ ਇਹ ਹੈ ਕਿ ਕਿਸੇ ਟਾਈਮ ਤੁਹਾਡੀ ਗੱਡੀ ਥੈਫਟ ਹੋਣ ਤੋਂ ਬਚਦੀ ਹੈ, ਕੋਈ ਤੁਹਾਡੀ ਗੱਡੀ ਨੂੰ ਟੱਚ ਕਰਦਾ ਜਾਂ ਤੁਹਾਡੀ ਗੱਡੀ ਦੇ ਵਿੱਚ ਕੋਈ ਕੀਮਤੀ ਸਮਾਨ ਪਿਆ ਉਹ ਹਮੇਸ਼ਾ ਸੇਫ ਰਹਿੰਦਾ। ਤੁਹਾਡੀ ਗੱਡੀ ਤੁਹਾਡੇ ਮੋਬਾਈਲ ਨਾਲ ਹਮੇਸ਼ਾ ਟਰੈਕ 'ਤੇ ਰਹਿੰਦੀ ਹੈ, ਜਾਂ ਮੰਨ ਲਓ ਤੁਹਾਡਾ ਡਰਾਈਵਰ ਗੱਡੀ ਲੈ ਕੇ ਜਾ ਰਿਹਾ, ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਡਰਾਈਵਰ ਇਸ ਟਾਈਮ ਕਿੱਥੇ ਜਾ ਰਿਹਾ। ਕੀ ਤੁਸੀਂ ਆਪਣੀ ਗੱਡੀ ਦੇ ਵਿੱਚ ਇਹ ਸਿਸਟਮ ਲਗਵਾਇਆ? ਮੇਰੀ ਆਪਣੀ ਗੱਡੀ ਦੇ ਵਿੱਚ ਇਹ ਸਿਸਟਮ ਲੱਗਿਆ ਹੋਇਆ ਔਰ ਇਹ ਮੇਰੇ ਮੋਬਾਈਲ ਨਾਲ ਅਟੈਚ ਹੈ, ਜਦੋਂ ਮਰਜ਼ੀ ਆਪਾਂ ਇਹਨੂੰ ਦੇਖ ਸਕਦੇ ਹਾਂ ਕਿੱਥੇ ਗੱਡੀ ਹੈ ਇਸ ਟਾਈਮ। ਮੰਨ ਲਓ ਇਸ ਟਾਈਮ ਗੱਡੀ ਇੱਥੇ ਪਾਰਕ ਕਰੀਏ ਬਾਹਰ, ਇੱਥੇ ਸ਼ੋਰ ਹੋ ਰਹੀ ਹੈ ਵੀ ਇਸ ਟਾਈਮ ਗੱਡੀ ਪਾਰਕ ਹੈ। ਸੋ ਇਸ ਚੀਜ਼ ਨੂੰ ਲੈ ਕੇ ਮੈਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬੈਸਟ ਸਰਵਿਸਿਜ਼ ਅਵਾਰਡ ਦੇਣ ਦੀ ਖੋਜ ਸੀ। ਉਹ ਬੈਸਟ ਸਰਵਿਸਿਜ਼ ਅਵਾਰਡ ਜਾਂਦਾ ਜੀ ਸ਼ਾਨੇ ਪੰਜਾਬ ਇੰਟਰਪ੍ਰਾਈਜ਼ਸ ਨੂੰ। ਜੀ ਹਾਂ, ਸੈਰ ਪੰਜਾਬ ਦੀ ਟੀਮ ਦੇ ਬੈਸਟ ਸਰਵਿਸ ਅਵਾਰਡ ਦੇ ਨਾਲ ਅਸੀਂ ਇਹਨਾਂ ਨੂੰ ਨਿਵਾਜ਼ਦੇ ਹਾਂ।